ਗਰਮੀ ਦਾ ਮੌਸਮ ਆ, ਮਈ ਜੂਨ ਜੇਠ ਹਾੜ੍ਹ ਦੇ ਮਹੀਨਿਆਂ ਵਿੱਚ ਸਬਜ਼ੀ ਦੀ ਪੂਰੀ ਪੈਦਾਵਾਰ ਲੈਣ ਲਈ ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਆ ਉਹ ਪਾਣੀ ਆ। ਸਬਜ਼ੀਆਂ ਲਈ ਜਲ ਹੀ ਜੀਵਨ ਹੈ ਦੇ ਸਿਧਾਂਤ ਅਨੁਸਾਰ ਕਿੰਨਾ, ਕਿਵੇਂ ਅਤੇ ਕਦੋਂ ਪਾਣੀ ਦੇਣਾ ਆ ਤਾਂ ਜੋ ਸਾਨੂੰ ਇਹਨਾਂ ਦੀ ਭਰਪੂਰ ਫਸਲ ਮਿਲਦੀ ਰਹੇ। ਆਓ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਥੋੜ੍ਹਾ ਡਿਟੇਲ ਵਿੱਚ ਦੱਸਣ ਜਾ ਰਿਹਾ ਹਾਂ ਇਕੱਲੀ ਇਕੱਲੀ ਚੀਜ਼ ਲਈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕੌੜੀਆਂ ਮਿਰਚਾਂ ਦੀ। ਜੋ ਕੌੜੀਆਂ ਮਿਰਚਾਂ ਦੀ ਫਸਲ ਹੁੰਦੀ ਹੈ, ਵੈਸੇ ਮੈਂ ਅੱਗੇ ਵੀਡੀਓ 'ਚ ਤੁਹਾਨੂੰ ਦੱਸਿਆ ਵੀ ਸੀ ਕਿ ਇਹ ਕਾਫ਼ੀ ਔੜ ਦੀ ਫਸਲ ਹੁੰਦੀ ਹੈ ਅਤੇ ਬਹੁਤ ਘੱਟ ਪਾਣੀ ਮੰਗਦੀ ਹੈ, ਪਰੰਤੂ ਇਹ ਮਈ ਜੂਨ ਦੇ ਜਿਹੜੇ ਖਾਸ ਮਹੀਨੇ ਹੁੰਦੇ ਹਨ, ਅੱਜ ਕੱਲ੍ਹ ਆਪਾਂ ਇਸ ਤਰ੍ਹਾਂ ਨਹੀਂ ਕਰ ਸਕਦੇ, ਇਹਨੂੰ 10-12 ਦਿਨ ਪਾਣੀ ਨਹੀਂ ਦੇ ਸਕਦੇ। ਜਦੋਂ ਮਿਰਚਾਂ ਦੇ ਉੱਤੇ ਇਸ ਤਰ੍ਹਾਂ ਫੁੱਲ ਅਤੇ ਫਲ ਬਣਿਆ ਹੁੰਦਾ ਹੈ ਜਿਵੇਂ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਅਤੇ ਕਾਫ਼ੀ ਮਾਤਰਾ ਵਿੱਚ ਮਿਰਚਾਂ ਲੱਗੀਆਂ ਹੁੰਦੀਆਂ ਪੌਦੇ, ਤਾਂ ਇਹਨੂੰ ਆਪਾਂ ਪਾਣੀ ਥੋੜ੍ਹਾ ਜਲਦੀ ਦੇਣਾ ਹੁੰਦਾ ਹੈ। ਘਰ ਵਿੱਚ ਵੀ ਜੇ ਬੂਟੇ ਲਾਇਓ ਆ ਤਾਂ ਉਹਨਾਂ ਨੂੰ ਤੀਸਰੇ ਚੌਥੇ ਦਿਨ ਪਾਣੀ ਲੱਗ ਜਾਣਾ ਚਾਹੀਦਾ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ। ਅਤੇ ਦੇਖੋ ਉੱਪਰੋਂ ਪੱਤੇ ਕਿਸ ਤਰ੍ਹਾਂ ਕਮਲੱਕ ਰਹੇ ਆ। ਜੇ ਆਪਾਂ ਇਹਨਾਂ ਨੂੰ ਜਲਦੀ ਪਾਣੀ ਨਹੀਂ ਲਾਉਂਦੇ ਤਾਂ ਇਹ ਜੋ ਨਵੇਂ ਫੁੱਲ ਲੱਗੇ ਹੁੰਦੇ ਹਨ ਇਹਨਾਂ ਦੇ ਮਿਰਚਾਂ ਵਿੱਚ ਤਬਦੀਲ ਹੋਣ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ ਅਤੇ ਫੁੱਲ ਸੁੱਕ ਜਾਂਦੇ ਹਨ। ਇਸ ਕਰਕੇ ਇਹਨਾਂ ਨੂੰ ਤੀਸਰੇ ਚੌਥੇ ਦਿਨ ਪਾਣੀ ਲਾਉਂਦੇ ਰਹੋ ਅਤੇ ਮਿੱਟੀ ਨੂੰ ਇਸ ਤਰ੍ਹਾਂ ਦੀ ਰੱਖੋ। ਇਸੇ ਤਰ੍ਹਾਂ ਇਹ ਬੈਂਗਣ ਦਾ ਪੌਦਾ ਆ, ਇਹ ਵੀ ਬਹੁਤ ਜ਼ਿਆਦਾ ਪਾਣੀ ਤਾਂ ਨਹੀਂ ਮੰਗਦਾ ਪਰ ਇਹ ਜ਼ਿਆਦਾ ਪਾਣੀ ਦਾ ਇਸਨੂੰ ਨੁਕਸਾਨ ਵੀ ਕੋਈ ਨਹੀਂ ਹੁੰਦਾ। ਜਿਵੇਂ ਤੁਸੀਂ ਦੇਖ ਰਹੇ ਹੋ ਫੁੱਲ, ਇਹ ਪੌਦਾ ਕਿਵੇਂ ਭਰਿਆ ਹੋਇਆ, ਦੇਖੋ ਇਸਨੂੰ ਮੈਂ ਪੋਟਾਸ਼ ਜਸਟ ਮਿਲਾਇਆ ਸੀ, ਜੋ ਵੀਡੀਓ ਤੁਸੀਂ ਦੇਖ ਸਕਦੇ ਹਾਂ ਸਾਡੇ ਚੈਨਲ 'ਤੇ, ਔਰ ਬੈਂਗਣਾਂ ਦਾ ਸਾਈਜ਼ ਵੀ ਤੁਸੀਂ ਦੇਖ ਸਕਦੇ ਹਾਂ। ਦੇਖੋ ਇਸ ਤਰ੍ਹਾਂ ਦੇ ਬੈਂਗਣ ਲੱਗੇ ਹੋਏ ਆ। ਅੱਜ ਕੱਲ੍ਹ ਇਹਨਾਂ 2 ਮਹੀਨਿਆਂ ਦੇ ਵਿੱਚ ਨਹੀਂ ਤਾਂ ਇਹ ਪੌਦਾ ਮੁਰਝਾ ਜਾਂਦਾ ਆ ਕਿਉਂਕਿ ਇਹਨੂੰ ਨਵੀਆਂ ਕਰੂੰਬਲਾਂ ਫੁੱਟ ਰਹੀਆਂ ਹੁੰਦੀਆਂ। ਇਸ ਕਰਕੇ ਇਹਨੂੰ 4-5 ਦਿਨ ਤੋਂ ਬਾਅਦ ਸਿੰਜ ਦੇਣਾ ਚਾਹੀਦਾ ਆ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਬਹੁਤਾ ਪਾਣੀ ਖੜ੍ਹਾ ਨਹੀਂ ਹੋਣਾ ਚਾਹੀਦਾ, ਪਾਣੀ ਲੱਗਦਾ ਰਹਿਣਾ ਚਾਹੀਦਾ ਤਾਂ ਕਿ ਜਿਹੜੇ ਨਵੇਂ ਬੂਟੇ ਨੂੰ ਫੁੱਲ ਖਿੜ ਰਹੇ ਆ ਉਹ ਆਉਂਦੇ ਰਹਿਣ। ਵੱਡਾ ਕੱਦੂ ਦੀਆਂ ਜੋ ਬੇਲਾਂ ਹੁੰਦੀਆਂ ਹਨ ਉਹ ਜ਼ਰਾ ਨਾਜ਼ੁਕ ਫਸਲ ਹੁੰਦੀ ਹੈ ਜਿਵੇਂ ਆਪਾਂ ਦੇਖ ਰਹੇ ਹਾਂ। ਇਹ ਤੋਰੀਆਂ ਦੀ ਬੇਲ ਵੱਲ ਦੇਖ ਰਹੇ ਹਾਂ, ਤੁਸੀਂ ਦੇਖੋ ਇਹਦਾ ਫਲਾਟ ਵੇਖੋ ਕਿੱਥੇ ਤੱਕ। ਮੈਂ ਇਹ 7-8 ਦਿਨ ਪਹਿਲਾਂ ਸਾਰਾ ਬਣਾ ਕੇ ਤੁਹਾਨੂੰ ਦੱਸਿਆ ਸੀ, ਔਰ ਇਹਨੂੰ ਆਪਾਂ ਫਲ ਲੱਗੇ ਹੋਏ ਹੁੰਦੇ ਆ ਵੈਸੇ, ਆਹ ਦੇਖੋ ਅਤੇ ਤੋਰੀਆਂ ਵੀ ਤੁਰ ਪਈਆਂ ਆ ਇਹਨੂੰ। ਇਸ ਕਰਕੇ ਇਸਨੂੰ ਦੂਸਰੇ ਤੀਸਰੇ ਦਿਨ ਗਿੱਲੇ ਕਰਦਾ ਰਹਿਣਾ ਚਾਹੀਦਾ ਆ ਅਤੇ ਬਿਲਕੁਲ ਸੋਕਾ ਨਹੀਂ ਪੈਣਾ ਚਾਹੀਦਾ ਬੇਲਾਂ ਨੂੰ। ਇੰਨਾ ਧਿਆਨ ਰੱਖਣਾ ਚਾਹੀਦਾ ਆ ਕਿ ਸ਼ਾਮ ਦੇ ਜਾਂ ਰਾਤ ਦੇ ਵੇਲੇ ਪਾਣੀ ਦਿੱਤਾ ਜਾਵੇ। ਇਹ ਸ਼ਿਮਲਾ ਮਿਰਚ ਦੇ ਬੂਟੇ ਆ, ਜਿਵੇਂ ਤੁਸੀਂ ਦੇਖ ਰਹੇ ਹੋ ਜਦੋਂ ਫਲ ਲੱਗਾ ਹੁੰਦਾ ਹੈ ਤਾਂ ਸ਼ਿਮਲਾ ਮਿਰਚ ਨੂੰ ਵੀ 4-5 ਦਿਨ ਪਾਣੀ ਲਾ ਦੇਣਾ ਚਾਹੀਦਾ ਹੈ ਮਿੱਟੀ ਦੇ ਲਿਹਾਜ਼ ਨਾਲ। ਮਿਰਚਾਂ ਦੀ ਕੋਈ ਵੀ ਵਰਾਇਟੀ ਜ਼ਿਆਦਾ ਪਾਣੀ ਨਹੀਂ ਮੰਗਦੀ ਪਰ ਇਹ 2 ਮਹੀਨੇ ਜ਼ਰਾ ਜ਼ਿਆਦਾ ਧਿਆਨ ਰੱਖਣਾ ਪੈਂਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਧਨੀਆ ਜਾਂ ਉਹ ਤੁਸੀਂ ਪਾਲਕ ਦੇਖ ਰਹੇ ਹਾਂ ਇਹਨਾਂ ਦੋਵਾਂ ਦੀ। ਇਹ ਠੰਡ ਦੇ ਮੌਸਮ ਦੀਆਂ ਫਸਲਾਂ ਆ, ਇਸ ਕਰਕੇ ਇਹਨਾਂ ਨੂੰ ਜੇ ਤੁਸੀਂ
ਅੱਜ ਕੱਲ੍ਹ ਵਰਤਦੇ ਉਹ ਹਰੇ ਧਨੀਏ ਦੇ ਤੌਰ 'ਤੇ ਤਾਂ ਬਹੁਤ ਜ਼ਿਆਦਾ ਖੇਚਲ ਕਰਨੀ ਪੈਂਦੀ ਆ। ਇਸ ਨੂੰ ਰੋਜ਼ ਸ਼ਾਮ ਦੇ ਵੇਲੇ ਜਾਂ ਰਾਤ ਦੇ ਵੇਲੇ ਪਾਣੀ ਲੱਗਣਾ ਚਾਹੀਦਾ ਆ। ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਇਸ ਦੇ ਉੱਤੇ ਵੀ ਪਾਣੀ ਦਾ ਛਿੱਟਾ ਮਾਰਨਾ ਚਾਹੀਦਾ ਆ। ਇਸੇ ਤਰ੍ਹਾਂ ਪਾਲਕ ਆ, ਪਾਲਕ ਵੀ ਜੇ ਤੁਸੀਂ ਅੱਜ ਕੱਲ੍ਹ ਰੱਖਣੀ ਚਾਹੁੰਦੇ ਆ ਤਾਂ ਰੋਜ਼ ਪਾਣੀ ਮੰਗਦੀ ਆ ਅਤੇ ਅਜਿਹੇ ਥਾਂ ਭਾਲਦੀ ਆ ਜਿੱਥੇ ਦੁਪਹਿਰ ਨੂੰ ਟਿਕਵੀਂ ਧੁੱਪ ਨਾ ਪਵੇ। ਜਿਵੇਂ ਇਹ ਆਪਾਂ ਹੋਰ ਧਨੀਆ ਬੀਜੇ ਆ, ਇਹ ਦੇਖੋ ਸੰਤਰੇ ਦੇ ਹੇਠ ਇਹ ਫੁੱਟ ਰਿਹਾ ਆ, ਇਹ ਅਜਿਹੇ ਨੂੰ ਵੀ ਰੋਜ਼ ਪਾਣੀ ਲੱਗਣਾ ਆ। ਅਤੇ ਵੀਡੀਓ ਸਾਡੀ ਇਹ ਪਾਣੀ ਬਾਰੇ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਦੱਸਣਾ।